ਹਾਈ ਐਵਰੀਵਨ, ਵੈਲਕਮ ਟੂ ਐਨਕੀ ਸੂਟਸ। ਸੈਮੀ ਵਿੰਟਰ ਸਟੱਫ ਦੇ ਕੁਝ ਸੂਟਸ ਤੁਹਾਨੂੰ ਦਿਖਾਉਣ ਲੱਗੀ ਹਾਂ ਜੀ। ਬਹੁਤ ਹੀ ਡਿਫਰੈਂਟ ਕਲਰਸ ਦੇ ਵਿੱਚ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ, ਅਤੇ ਇਹ ਸਾਰੇ ਹੀ ਵਿਦ ਐਂਡ ਵਿਦਆਊਟ ਲਾਈਨਿੰਗ ਸਟਿਚ ਹੋ ਸਕਦੇ, ਅਤੇ ਸੈਮੀ ਵਿੰਟਰ ਸਟੱਫ ਆ ਜੀ ਇਹਨਾਂ ਦਾ। ਸਭ ਤੋਂ ਪਹਿਲਾਂ ਕਲਰ ਦੇਖੋ ਜੀ, ਮੈਂਗੋ ਯੈਲੋ ਕਲਰ ਆ। ਆਹ ਦੇਖੋ ਮੈਂਗੋ 'ਚ ਕਲਰ ਆ, ਲਾਈਟ ਜਿਹਾ, ਅਤੇ ਇਹਦੇ ਇਹ ਦੇਖੋ ਇਸ ਤਰੀਕੇ ਦੇ ਨਾਲ ਆਫਟਰ ਸਟਿਚਿੰਗ ਇਹਦੀ ਇਸ ਟਾਈਪ ਦੀ ਲੁੱਕ ਆਏਗੀ, ਜਿਸ ਤਰ੍ਹਾਂ ਕਿ ਦਿਖਾਇਆ ਗਿਆ। ਇਹ ਸਾਰਾ ਥਰੈਡ ਇੰਬਰਾਇਡਰੀ ਵਾਲਾ ਸੂਟ ਹੈ, ਸਲਿਟ ਤੱਕ ਉੱਪਰ ਇੰਬਰਾਇਡਰੀ ਜਾ ਰਹੀ ਹੈ। ਇਹ ਵਨ ਸਾਈਡਿਡ ਇੰਬਰਾਇਡਰੀ ਹੈ ਜੀ ਇਹਦੀ, ਬਹੁਤ ਹੀ ਪਿਆਰਾ ਮੈਂਗੋ ਯੈਲੋ 'ਚ ਕਲਰ ਆ, ਅਤੇ ਨਾਲ ਤੁਹਾਨੂੰ ਸੇਮ ਮੈਚਿੰਗ ਬੋਟਮ ਮਿਲੂਗੀ। ਅਤੇ ਦੇਖੋ ਇਹਦਾ ਦੁਪੱਟਾ ਬਹੁਤ ਹੀ ਪਿਆਰਾ, ਵਿੰਟਰ ਸਟੱਫ ਦਾ ਹੀ ਦੁਪੱਟਾ ਹੈ, ਸੋਫਟ ਐਂਡ ਫੋਰ ਸਾਈਡਿਡ ਤੁਹਾਨੂੰ ਬੋਟਮ ਮਿਲੂਗਾ। ਦੇਖੋ ਇੰਬਰਾਇਡਰੀ ਦੇ ਨਾਲ ਦਾ ਮੈਚਿੰਗ ਬੋਰਡਰ ਆ, ਬੜਾ ਹੀ ਪਿਆਰਾ ਹੈ ਸੂਟ, ਬੜੇ ਰੀਜ਼ਨੇਬਲ ਆ। ਮੈਂ ਪ੍ਰਾਈਜ਼ ਵੀ ਉੱਤੇ ਮੈਨਸ਼ਨ ਕਰ ਰਹੀ ਹਾਂ, ਤੁਸੀਂ ਵਨ ਬਾਏ ਵਨ ਇਹਨਾਂ ਦੇ ਕਲਰਸ ਦੇਖ ਸਕਦੇ ਹੋ। ਸੋ ਇੱਕ ਤਾਂ ਮੈਂ ਤੁਹਾਨੂੰ ਮੈਂਗੋ ਯੈਲੋ ਕਲਰ ਦਿਖਾ ਦਿੱਤਾ, ਇੱਕ ਦੇਖੋ ਲਾਈਟ ਫਿਰੋਜ਼ੀ ਜਿਹਾ, ਲਾਈਟ ਸਕਾਈ ਜਿਹਾ ਸ਼ੇਡ ਹੈ, ਬਹੁਤ ਹੀ ਪਿਆਰਾ ਸ਼ੇਡ ਹੈ। ਦੇਖੋ ਇੰਬਰਾਇਡਰੀ ਚੈੱਕ ਕਰੋ ਜੀ ਇਹਦੀ, ਇੰਬਰਾਇਡਰੀ ਬਹੁਤ ਹੀ ਪਿਆਰੀ ਹੋਈ ਹੋਈ ਆ, ਸਲਿਟ ਤੱਕ ਇੰਬਰਾਇਡਰੀ ਜਾਂਦੀ ਆ। ਆਫ ਵਾਈਟ ਕਲਰ ਦੀ ਇੰਬਰਾਇਡਰੀ ਵੈਸੇ ਵੀ ਬਹੁਤ ਪਿਆਰੀ ਲੱਗਦੀ ਹੈ। ਦੇਖੋ ਫੁੱਲੀ ਇੰਬਰਾਇਡਰਡ ਪੀਸ ਹੈ, ਨਾਲ ਤੁਹਾਨੂੰ ਮੈਚਿੰਗ ਬੋਟਮ ਮਿਲੇਗਾ, ਅਤੇ ਉਸੇ ਤਰੀਕੇ ਦੇ ਨਾਲ ਤੁਹਾਨੂੰ ਦੁਪੱਟਾ ਮਿਲੇਗਾ, ਫੋਰ ਸਾਈਡਿਡ ਬੋਰਡਰ ਵਾਲਾ, ਵਿੱਚ ਇਸ ਤਰ੍ਹਾਂ ਮੋਟਿਵਸ ਦੀ ਪ੍ਰਿੰਟਿੰਗ ਹੋਈ ਹੋਈ ਆ, ਫੋਰ ਸਾਈਡਿਡ ਬੋਰਡਰ। ਇਹ ਸੈਕਿੰਡ ਸ਼ੇਡ ਹੈ ਜੀ ਜਿਹੜਾ ਮੈਂ ਤੁਹਾਨੂੰ ਦਿਖਾਇਆ, ਐਂਡ ਥਰਡ ਸ਼ੇਡ ਬਹੁਤ ਹੀ ਪਿਆਰਾ ਮਾਊਸ ਕਲਰ ਦਾ ਸ਼ੇਡ ਹੈ ਜੀ। ਦੇਖੋ ਸ਼ੇਡਸ ਕਿੰਨੇ ਪਿਆਰੇ ਆ, ਨਾ ਤਾਂ ਡਾਰਕ ਆ ਨਾ ਤਾਂ ਬ੍ਰਾਈਟ ਆ, ਮੀਡੀਅਮ ਸ਼ੇਡਸ ਆ। ਦੇਖੋ ਇਹ ਮਾਊਸ ਸ਼ੇਡ ਹੈ, ਮਾਊਸ ਸ਼ੇਡ ਦੀ ਇੰਬਰਾਇਡਰੀ ਚੈੱਕ ਕਰੋ ਜੀ, ਬੜੇ ਸਰਦਾਰੀ ਜਿਹੇ ਸੂਟ ਨੇ, ਸੈਮੀ ਵਿੰਟਰ ਸਟੱਫ ਆ। ਆਫਟਰ ਸਟਿਚਿੰਗ ਐਸੀ ਲੁੱਕ ਆਏਗੀ ਇਹਨਾਂ ਦੀ, ਬਹੁਤ ਹੀ ਸੋਹਣੀ ਲੁੱਕ ਆਏਗੀ ਆਫਟਰ ਸਟਿਚਿੰਗ। ਸੋ ਇਹ ਸਾਰੀ ਇੰਬਰਾਇਡਰੀ ਆ ਜਿਹੜੀ ਕਿ ਇਹਦੇ ਕੀਤੀ ਹੋਈ ਆ, ਨਾਲ ਹੀ ਦੇਖੋ ਇਹ ਬੋਟਮ ਆ, ਅਤੇ ਇਹਦੇ ਦੁਪੱਟੇ, ਦੁਪੱਟੇ ਸਾਰਿਆਂ ਦੇ ਹੀ ਇਸੇ ਤਰੀਕੇ ਦੇ ਆ। ਆ ਦੇਖੋ ਇਹਨਾਂ ਦੇ ਦੁਪੱਟੇ, ਦੇਖੋ ਬੜੇ ਕੂਲੇ ਜਿਹੇ, ਬੜੇ ਸੋਫਟ ਜਿਹੇ ਸੂਟਸ ਨੇ, ਬੜਾ ਹੀ ਪਿਆਰਾ ਜਿਹਾ ਸਟੱਫ ਆ, ਅਤੇ ਕਢਾਈ ਵੀ ਬੜੀ ਪਿਆਰੀ ਹੋਈ ਹੋਈ ਆ। ਅਤੇ ਇੱਕ ਤੁਹਾਨੂੰ ਦਿਖਾਉਂਦੇ ਇਹਦੇ ਵਿੱਚ ਲਵੈਂਡਰ ਸ਼ੇਡ, ਆ ਦੇਖੋ ਸਾਰੇ ਜਿੰਨੇ ਵੀ ਸ਼ੇਡਸ ਤੁਹਾਨੂੰ ਦਿਖਾ ਰਹੇ ਸਾਰੇ ਸਾਡੇ ਕੋਲ ਅਵੇਲੇਬਲ ਆ। ਆਫਟਰ ਸਟਿਚਿੰਗ ਕੁਛ ਐਸੀ ਲੁੱਕ ਆਏਗੀ ਸੂਟ ਦੀ, ਅਤੇ ਇਹ ਸਾਰੀ ਵਨ ਸਾਈਡਿਡ ਇੰਬਰਾਇਡਰੀ ਆ, ਨਾਲ ਦੇਖੋ ਬੋਟਮ ਦਾ ਕੱਪੜਾ, ਅਤੇ ਜਿਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਸ਼ੋਅ ਕੀਤੇ ਦੁਪੱਟੇ। ਦੋ ਕਲਰਸ ਅਸੀਂ ਡਿਸਪਲੇ ਦੇ ਵਿੱਚ ਲਗਾਏ ਹੋਏ ਨੇ, ਇੱਕ ਕਲਰ ਲਗਾਇਆ ਜੀ ਗ੍ਰੇਪਸ ਗ੍ਰੀਨ ਕਲਰ ਆ, ਇੱਕ ਪੀਚ ਪਿੰਕ ਕਲਰ ਆ। ਇਹ ਦੇਖੋ ਇੰਬਰਾਇਡਰੀ ਇਹਨਾਂ ਦੀ, ਆਹ ਪੂਰੀ ਇੰਬਰਾਇਡਰੀ ਆ, ਵਨ ਸਾਈਡਿਡ ਇੰਬਰਾਇਡਰੀ ਆਏਗੀ, ਸਟਾਈਲਿਸ਼ ਜਿਹੇ ਸੂਟਸ ਨੇ। ਅਤੇ ਆਹ ਦੇਖੋ ਇਹਦੇ ਦੁਪੱਟੇ, ਨਾਲ ਪਲੇਨ ਬੋਟਮਸ ਆ। ਨੈਕਸਟ ਕਲਰ ਹੈ ਜੀ ਇਹਦਾ ਪੀਚ ਸ਼ੇਡ, ਜਿਸ ਤਰੀਕੇ ਨਾਲ ਤੁਹਾਨੂੰ ਦਿਖਾ ਰਹੇ ਦੇਖੋ ਸਲਿਟਸ ਤੱਕ ਇੰਬਰਾਇਡਰੀ 'ਚ ਆਏਗੀ ਇਹਦੀ, ਬੜਾ ਸਟਾਈਲਿਸ਼ ਜਿਹਾ ਸੂਟ ਹੈ, ਸਾਰਿਆਂ ਦੀ ਆਫ ਵਾਈਟ ਸ਼ੇਡ ਦੀ ਇੰਬਰਾਇਡਰੀ ਹੈ। ਅਤੇ ਦੁਪੱਟੇ ਦੇਖੋ ਕਿੰਨਾ ਪਿਆਰਾ ਸੂਟ ਲੱਗੇਗਾ, ਮੈਂ ਤੁਹਾਨੂੰ ਸਾਰੇ ਕਲਰਸ ਸ਼ੋਅ ਕਰ ਦਿੱਤੇ ਆ। ਦੇਖੋ ਮਾਊਸ ਸ਼ੇਡ ਹੈ। ਸੋ ਇਹਨਾਂ ਦੇ ਪ੍ਰਾਈਜ਼ ਵੀ ਮੈਂ ਨਾਲ ਮੈਨਸ਼ਨ ਕਰ ਰਹੀ ਹਾਂ, ਇਹ ਸਕਾਈ ਬਲੂ ਸ਼ੇਡ ਹੈ, ਅਤੇ ਇਹ ਮੈਂਗੋ ਯੈਲੋ ਸ਼ੇਡ ਹੈ ਜਿਹੜਾ ਕਿ ਤੁਹਾਨੂੰ ਅਸੀਂ ਸ਼ੋਅ ਕਰ ਦਿੱਤਾ, ਬੜੇ ਪਿਆਰੇ ਸ਼ੇਡਸ ਨੇ। ਆਹ ਦੇਖੋ ਮੈਂਗੋ ਯੈਲੋ ਸ਼ੇਡ ਆ, ਸਕਾਈ ਬਲੂ ਹੈ, ਮਾਊਸ ਹੈ, ਦੋ ਅਸੀਂ ਡਿਸਪਲੇ ਦੇ ਵਿੱਚ ਕੀਤੇ ਹੋਏ ਆ ਜੀ। ਸੋ ਇਹਨਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਸੀਂ ਪਰਚੇਸ ਕਰਨਾ ਚਾਹੁੰਦੇ ਹੋ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੀ, ਐਂਡ ਮੈਂ ਉੱਪਰ ਪ੍ਰਾਈਜ਼ ਇਹਨਾਂ ਦੀਆਂ ਮੈਂਸ਼ਨ ਕਰ ਰਹੀ ਹਾਂ। ਥੈਂਕ ਯੂ।